ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਪੰਚਮ ਪਾਤਸ਼ਾਹ ਨੇ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪਰਥਾਏ ਪਵਿੱਤਰ ਗੁਰਬਾਣੀ ਦੇ ਵਿੱਚ ਉਹ ਪਰਿਭਾਸ਼ਾ ਵੀ ਅੰਕਿਤ ਕੀਤੀ। ਭਾਵੇਂ ਭੱਟਾਂ ਨੇ ਵੀ ਅਤੇ ਬਾਕੀ ਗੁਰੂ ਸਾਹਿਬਾਨ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਜੀ, ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ, ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ, ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਵੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਬਾਬਤ ਪਵਿੱਤਰ ਗੁਰਬਾਣੀ ਦੇ ਵਿੱਚ ਕਿ ਸਤਿਗੁਰੂ ਜੀ ਕੀ ਰੂਪ ਸਨ ਉਹ ਸਾਰਾ ਅੰਕਿਤ ਕੀਤਾ। ਸਤਿਗੁਰ ਗੁਰੂ ਪੰਜਮ ਪਾਤਸ਼ਾਹ ਜੀ ਦੀ ਜਿਹੜੀ ਇੱਕ ਆਪਾਂ ਪੰਕਤੀ ਪੜ੍ਹਦੇ ਹਾਂ, ਗੁਰੂ ਨਾਨਕ ਨਾਨਕ ਹਰ ਸੋਏ, ਅਤੇ ਜੇ ਆਪਾਂ ਇਹਨੂੰ ਪਰਪੱਕਤਾ ਦੇ ਨਾਲ ਦੇਖੀਏ ਤਾਂ ਸਤਿਗੁਰ ਜੀ ਗੁਰੂ ਪੰਜਮ ਪਾਤਸ਼ਾਹ ਕਹਿੰਦੇ ਗੁਰੂ ਨਾਨਕ ਦੇਵ ਪਾਤਸ਼ਾਹ ਆਪ ਹਰੀ ਦਾ ਰੂਪ ਧਾਰਨ ਕਰਕੇ ਇਸ ਧਰਤੀ 'ਤੇ ਆਏ। ਇਹੀ ਉਹ ਕਾਰਨ ਆ ਕਿ ਜਦੋਂ ਦੌਲਤਾਂ ਦਾਈ ਨੇ ਸਤਿਗੁਰਾਂ ਦਾ ਪ੍ਰਕਾਸ਼ ਜਦੋਂ ਹੋਇਆ ਅਤੇ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰਕੇ ਇੰਨੀ ਨਿਹਾਲ ਹੋ ਗਈ, ਬਾਬਰੀ ਹੋਈ ਨੂੰ ਇਹ ਵੀ ਨਹੀਂ ਪਤਾ ਲੱਗਾ ਕਿ ਮੈਂ ਹੁਣ ਕੋਈ ਭੇਟਾ ਵੀ ਲੈਣੀ ਆ। ਅਤੇ ਜਿਸ ਵੇਲੇ ਪਿਤਾ ਜੀ ਨੇ ਇਹ ਗੱਲ ਕਹੀ ਕਿ ਦੌਲਤਾਂ ਕੁਛ ਲੈ ਜਾ, ਕਹਿੰਦੀ ਹੁਣ ਲੈਣ ਨੂੰ ਕੁਛ ਨਹੀਂ ਰਹਿ ਗਿਆ, ਇਸ ਧਰਤੀ ਦਾ ਸਵਰਗ ਮੈਂ ਸਾਖ ਸਾਖ ਦੇਖ ਲਿਆ। ਸੋ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਹ ਕੌਤਕ ਸਤਿਗੁਰਾਂ ਨੇ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ, ਕਿਉਂਕਿ ਕਈ ਵਾਰੀ ਸਰੀਰ ਤੌਰ 'ਤੇ ਆਪਣੇ ਆਪ ਨਾਲ ਆਪਾਂ ਸਮੇਲ ਕਰਨ ਲੱਗ ਪੈਂਦੇ ਹਾਂ। ਦਸੇ ਪਾਤਸ਼ਾਹੀਆਂ ਸਤਿਗੁਰੂ ਜੀ ਦਾ ਇੱਕ ਸਰੂਪ, ਇੱਕ ਜੋਤ ਚੱਲੀ, ਜਿਹੜੀ 11ਵੀਂ ਜੋਤ ਅੱਜ ਵੀ ਸਾਡੇ ਵਿੱਚ ਸਾਡੀ ਅਗਵਾਈ ਕਰਦੀ ਹੈ। ਅਤੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਜਿਸ ਵੇਲੇ ਚੁੱਭੀ ਲਾਈ ਕਾਲੀ ਬੇਈ ਦੇ ਵਿੱਚ, ਬੜਾ ਕੁਛ ਕਿਹਾ ਗਿਆ, ਪਰ ਇਹ ਸਤਿਗੁਰੂ ਜੀ ਦਾ ਇੱਕ ਪਵਿੱਤਰ ਸਿਧਾਂਤ ਜਿਹੜਾ ਉਜੜ ਕੇ ਸਤਿਗੁਰੂ ਜੀ ਨੇ ਪ੍ਰਗਟ ਕੀਤਾ, ਉਹ ਸੀ ਮੂਲ ਮੰਤਰ ਦਾ ਪਵਿੱਤਰ ਸਿਧਾਂਤ। ਅਤੇ ਜਿਹਲੇ ਸਤਿਗੁਰਾਂ ਨੇ ਇੱਕ ਓਂਕਾਰ ਦੀ ਪਰਿਭਾਸ਼ਾ ਦਿੱਤੀ ਅਤੇ ਧਾਰਮੀ ਲੋਕ ਜਿਹੜੇ ਉਸ ਵੇਲੇ ਦੇ ਵੱਖ ਵੱਖ ਵੱਦ ਵਰਨਵਾਦ ਵਿੱਚ ਵੰਡੇ ਹੋਏ ਸੀ, ਜਾਤ ਪਾਤ 'ਚ ਵੰਡੇ ਹੋਏ ਸੀ, ਜਿਨ੍ਹਾਂ ਦੀਆਂ ਦੁਕਾਨਦਾਰੀਆਂ ਖੁੱਲ੍ਹੀਆਂ ਸੀ ਉਹਨਾਂ ਨੂੰ ਖਤਰਾ ਪੈ ਗਿਆ ਕਿ ਇੱਕ ਓਂਕਾਰ ਦੇ ਵਿੱਚ ਸਮੁੱਚੀ ਮਨੁੱਖਤਾ ਨੂੰ ਪਰੋਣ ਵਾਲਾ ਕਿਹੜਾ ਪੀਰ ਪੈਗੰਬਰ ਔਲੀਆ ਆਇਆ। ਸਤਿਗੁਰੂ ਜੀ ਨੇ ਕਿਸੇ ਨਾਲ ਯੁੱਧ ਨਹੀਂ ਕੀਤਾ, ਕਿਸੇ ਨਾਲ ਹੱਥ ਨਾਲ ਨਹੀਂ ਲੜਾਈ ਕੀਤੀ, ਕੇਵਲ ਦਾ ਕੇਵਲ ਮਰੀਆਂ ਆਤਮਕ ਮਾਨਸਿਕ ਰੂਹਾਂ ਨੂੰ ਗੁਰਸ਼ਬਦ ਰਾਹੀਂ ਉਜਾਗਰ ਕੀਤਾ, ਜਿਹੜੀ ਪਵਿੱਤਰ ਗੁਰਬਾਣੀ ਸਾਡੀ ਅਗਵਾਈ ਕਰਦੀ ਆ। ਸੋ ਗੁਰੂ ਨਾਨਕ ਦੇਵ ਪਾਤਸ਼ਾਹ ਦੀਆਂ ਵੱਡੀਆਂ ਵਡਿਆਈਆਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਦੂਸਰੇ ਸਰੂਪ, ਕਿਉਂਕਿ ਕਈ ਵਾਰੀ ਆਪਾਂ 100 ਸਾਖੀ ਨੂੰ ਵੀ ਇਹ ਕਹਿ ਕੇ ਕਹਿ ਦਿੰਦੇ ਵੀ ਜੀ ਇਹ ਤਾਂ ਬਾਅਦ ਦੀਆਂ ਆ, ਕੋਈ ਆਪਣੇ ਕਿਸੇ ਕਲਪਨਕ ਤੌਰ ਦੇ ਉੱਤੇ ਆ। ਜੇ ਦਸਾਂ ਗੁਰੂਆਂ ਨੂੰ ਅਤੇ 11ਵੀਂ ਜੋਤ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਕਰਕੇ ਜਾਣਦੇ, ਹਰੀ ਦਾ ਰੂਪ ਆ, ਅਤੇ ਜੇ ਹਰੀ ਦਾ ਰੂਪ ਜਾਣਦੇ ਹਾਂ ਫਿਰ ਤਾਂ ਇਹ ਸਾਡੀ ਅਗਵਾਈ ਅਤੇ ਸਾਡੀ ਆਸਥਾ ਦੇ ਵਿੱਚ ਵਾਧਾ ਕਰਦੀ ਆ। ਜੇ ਮਨੁੱਖ ਆਪਣੇ ਸਮਤਲ ਅਤੇ ਸਰੀਰ ਵਾਂਗੂੰ ਦੇਖੇ ਫਿਰ ਅੱਜ ਵੀ ਹੈ ਨੇ, ਕੱਲ੍ਹ ਨੂੰ ਵੀ ਹੈ ਨੇ। ਸੋ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜਿਸਲੇ ਅੰਤਮ ਸਮਾਂ ਇਹ ਜਾਣ ਕੇ ਇਸ ਪਵਿੱਤਰ ਧਰਤੀ 'ਤੇ ਪ੍ਰੀਖਿਆ ਲਈ, ਜਿਹੜੀ ਕਰਤਾਰਪੁਰ ਦੀ ਧਰਤੀ ਦੇ ਬਾਬਤ ਹੁਣੇ ਸਾਡਾ ਪ੍ਰਚਾਰਕ ਜ਼ਿਕਰ ਕਰ ਰਿਹਾ ਸੀ, ਅਤੇ ਸਤਿਗੁਰੂ ਜੀ ਨੇ ਦੋ ਉਹ ਰੂਹਾਂ ਪਵਿੱਤਰ
ਇੱਕ ਰੂਹ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਰੂਪ ਦੇ ਵਿੱਚ ਜੋਤ ਪ੍ਰਗਟ ਕੀਤੀ, ਦੂਜੀ ਉਹ ਵੀ ਸਤਿਗੁਰਾਂ ਦੀ ਜੋਤ ਨਹੀਂ ਪਰ ਸਤਿਗੁਰਾਂ ਦੀ ਜੋਤ ਤੋਂ ਘੱਟ ਵੀ ਨਹੀਂ ਸੀ। ਧੰਨ ਧੰਨ ਬਾਬਾ ਬੁੱਢਾ ਜੀ ਨੂੰ ਇੱਕ ਵਰ ਬਖਸ਼ਿਸ਼ ਕੀਤਾ ਕਿ ਮੈਂ ਤੇਰੇ ਨਾਲ ਹਮੇਸ਼ਾ ਰਹਾਂਗਾ। ਅਤੇ ਇਤਿਹਾਸ ਇਸ ਗੱਲ ਦੀ ਸ਼ਾਹਦੀ ਭਰਦਾ ਕਿ ਸਤਿਗੁਰਾਂ ਨੇ ਜਦੋਂ ਵੀ ਕੋਈ ਪ੍ਰੀਖਿਆ ਦੀ ਘੜੀ ਆਈ ਬਾਬਾ ਬੁੱਢਾ ਜੀ ਨੇ ਉਹ ਸਾਰੀਆਂ ਸੇਵਾਵਾਂ ਆਪਣੇ ਤੌਰ 'ਤੇ ਨਿਭਾਈਆਂ। ਸੋ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਇਹ ਪਵਿੱਤਰ ਸਥਾਨ, ਇਸ ਪਵਿੱਤਰ ਸਥਾਨ ਦੇ ਨਾਲ ਜਿਹੜਾ ਇੱਥੋਂ ਆਪਾਂ ਕਹਿੰਦੇ 7-8 ਕਿਲੋਮੀਟਰ ਦੂਰ ਕਰਤਾਰਪੁਰ ਦੀ ਪਵਿੱਤਰ ਧਰਤੀ, ਇਹ ਵੀ ਸਤਿਗੁਰਾਂ ਨੇ ਦੇਖੋ, ਕਿਉਂਕਿ ਆਪਾਂ ਅਕਸਰ ਦੇਖਦੇ ਹਾਂ ਕਿ ਸਤਿਗੁਰਾਂ ਨੇ ਕਰਤਾਰਪੁਰ ਵਸਾਇਆ ਅਤੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ ਕਹਿ ਸਕਦੇ ਸੀ ਵੀ ਇੱਥੇ ਰਹਿ ਕੇ ਸੰਗਤਾਂ ਨੂੰ ਅਤੇ ਸਮੁੱਚੀ ਦੁਨੀਆਂ ਨੂੰ ਸੰਦੇਸ਼ ਦਿਓ। ਸਤਿਗੁਰੂ ਜੀ ਨੇ ਦੂਸਰਾ ਖਡੂਰ ਸਾਹਿਬ ਵਸਾਇਆ ਇਸ ਕਰਕੇ ਵੀ ਇੱਥੇ ਕੋਈ ਕਿਸੇ ਕਿਸਮ ਦਾ ਕੋਈ ਝਗੜਾ ਨਾ ਹੋਵੇ। ਅਤੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਫਿਰ ਗੁਰੂ ਅਮਰਦਾਸ ਪਾਤਸ਼ਾਹ ਜੀ ਪਾਸੋਂ ਸ਼੍ਰੀ ਗੋਇੰਦਵਾਲ ਸਾਹਿਬ ਦੀ ਧਰਤੀ, ਜਿਸ ਪਵਿੱਤਰ ਧਰਤੀ ਨੂੰ ਆਪਾਂ ਹੁਣੇ ਸ਼ਤਾਬਦੀ ਦੇ ਰੂਪ ਵਿੱਚ ਮਨਾ ਕੇ ਹਟੇ ਹਾਂ, ਇਸੇ ਤਰ੍ਹਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਅੰਮ੍ਰਿਤਸਰ ਜੀ ਦੀ ਪਵਿੱਤਰ ਧਰਤੀ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸ਼੍ਰੀ ਤਰਨ ਤਾਰਨ ਸਾਹਿਬ ਦੀ ਧਰਤੀ, ਉੱਦਾਂ ਤਾਂ ਜਿੱਥੇ ਵੀ ਸਤਿਗੁਰੂ ਜੀ ਨੇ ਪੈਰ ਰੱਖਿਆ ਉਹ ਸ਼ੋਭਨੀਕ ਧਰਤੀ ਬਣ ਗਈ, ਉਹ ਪੂਜਣ ਯੋਗ ਹੋ ਗਈ। ਪਰ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਇਹ ਵੱਡੀ ਵਡਿਆਈ ਸੀ, ਇੱਕ ਗੱਲ ਚੇਤੇ ਦਿਮਾਗ ਦੇ ਵਿੱਚ ਰੱਖਿਓ, ਉਹ ਕਿਹੜੀ ਗੱਲ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਪ ਪਰਿਕਰਮਾ ਕਰਕੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ ਇਹ ਗੁਰਤਾ ਗੱਦੀ ਬਖਸ਼ਿਸ਼ ਕੀਤੀ, ਆਪਣੀ ਸਤਿਗੁਰਾਂ ਨੇ ਜੋਤ ਟਿਕਾਈ। ਅੱਜ ਵੀ ਜਿਹੜੇ ਇਸ ਜੋਤ 'ਤੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਦਸਾਂ ਪਾਤਸ਼ਾਹੀਆਂ ਦੀ ਜੋਤ, ਕਿਉਂਕਿ ਆਪਾਂ ਕਈ ਵਾਰੀ ਇਹ ਕਹਿ ਦਿੰਦੇ ਹਾਂ ਕਿ ਇਹਦੇ ਵਿੱਚ ਮਹਾਂਪੁਰਸ਼ ਵੀ ਬੈਠੇ ਆ, ਇਹਦੇ ਵਿੱਚ ਭੱਟ ਵੀ ਬੈਠੇ ਆ, ਇਹਦੇ ਵਿੱਚ ਸੱਤਾ ਅਤੇ ਬਲਵੰਤ ਵੀ ਬੈਠੇ ਆ, ਇਹਦੇ ਵਿੱਚ ਬਾਬਾ ਸੁੰਦਰ ਜੀ ਵੀ ਬੈਠੇ ਆ, ਅਤੇ ਭਾਈ ਮਰਦਾਨਾ ਜੀ ਵੱਲੋਂ ਦੋ ਸਲੋਕ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਆਪ ਅੰਕਿਤ ਕੀਤੇ। ਪਰ ਇੱਕ ਆਪਾਂ ਕਈ ਵਾਰੀ ਸਵਾਲ ਵੀ ਆ ਪਿਛਲੇ ਦਿਨੀ ਉੱਠਦਾ ਸੀ ਕਿ ਦਸਾਂ ਪਾਤਸ਼ਾਹੀਆਂ ਦੀ ਜੋਤ ਕਿਉਂ ਕਹਿੰਦੇ, ਇਹ ਇਸ ਕਰਕੇ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਜੋਤ ਸਤਿਗੁਰ ਜੀ ਨੇ ਬਖਸ਼ਿਸ਼ ਕੀਤੀ, ਇਵੇਂ ਹੀ ਦਸਾਂ ਪਾਤਸ਼ਾਹੀਆਂ ਦੇ ਸਰੂਪ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਮੱਥਾ ਟੇਕ ਕੇ ਨਾਰੀਅਲ ਰੱਖ ਕੇ 11ਵੀਂ ਜੋਤ ਜਿਹੜੀ ਜਿਹਨੇ ਹਮੇਸ਼ਾ ਹੀ ਇਸ ਦੁਨੀਆਂ ਦੀ ਅਗਵਾਈ ਕਰਨੀ ਆ, ਇਸ ਕਰਕੇ ਇਹ ਸਾਡੇ ਦਸਾਂ ਪਾਤਸ਼ਾਹੀਆਂ ਦੀ ਜੋਤ ਆ। ਇਹ ਠੀਕ ਆ ਕਿ ਦੂਸਰੇ ਉਹ ਮਹਾਂਪੁਰਸ਼ ਭਗਤ ਜਨ ਜਿਨ੍ਹਾਂ ਨੇ ਬਹੁਤ ਵੱਡਾ ਕਹਿਣ ਤੋਂ ਭਾਵ ਜਾਤ ਪਾਤ ਦਾ ਸੰਤਾਪ, ਸਰੀਰਕ ਸੰਤਾਪ, ਸਰੀਰਕ ਕਸ਼ਟ ਸਹੇ, ਪਰ ਸੱਚ ਬੋਲਣ ਤੋਂ ਪਿੱਛੇ ਨਹੀਂ ਹਟੇ। ਗੁਰੂ ਨਾਨਕ ਦੇਵ ਪਾਤਸ਼ਾਹ ਨੇ ਆਪਣੇ ਤੋਂ ਵੱਡਾ ਦਰਜਾ ਬਖਸ਼ਿਸ਼ ਕੀਤਾ। ਸੋ ਗੁਰੂ ਸਾਹਿਬ ਕਿਰਪਾ ਕਰਨ, ਗੁਰੂ ਸਾਹਿਬ ਤਾਂ ਕਿਤੇ ਵੀ ਨਹੀਂ ਗਏ, ਪਰ ਕਈ ਵਾਰੀ ਮਨੁੱਖ ਆਪਣੇ ਤਰਲ 'ਤੇ ਸੋਚੇ ਅਤੇ ਫਿਰ ਉਹ ਮੈਂ ਸਮਝਦਾ ਗੇੜੀ ਖਾ ਜਾਂਦਾ, ਘੁੰਮਣ ਘੇਰੀ ਖਾ ਜਾਂਦਾ। ਇਹ ਸਤਿਗੁਰ ਜੀ ਗੁਰੂ ਨਾਨਕ ਦੇਵ ਪਾਤਸ਼ਾਹ ਹਰੀ ਦਾ ਰੂਪ ਇਸ ਧਰਤੀ 'ਤੇ ਧਾਰਨ ਕਰਕੇ ਆਏ, ਅਤੇ ਜਿਨ੍ਹਾਂ ਨੇ ਭਾਈ ਹਰੀ ਕਰਕੇ ਸਤਿਗੁਰ ਨੂੰ ਪੂਜਿਆ ਉਹ ਫਿਰ ਹਰੀ ਦਾ ਰੂਪ ਸਤਿਗੁਰ ਜੀ ਨੇ ਆਪਣੀ ਬੁੱਕਲ ਦੇ ਵਿੱਚ ਲੈ ਲਏ। ਸੋ ਅੱਜ ਜੋਤੀ ਜੋਤ ਦਿਵਸ ਆਪਾਂ ਉਹਨਾਂ ਦਾ ਮਨਾ ਰਹੇ ਹਾਂ। ਉਹ ਜੋਤੀ ਜੋਤ ਦਿਵਸ ਨਹੀਂ ਗਾ, ਅੱਜ ਵੀ ਸਾਡੀ ਸਾਕਸ਼ਾਤ 11ਵੀਂ ਜੋਤ ਗੁਰੂ ਗ੍ਰੰਥ ਸਾਹਿਬ ਸਾਡੀ ਅਗਵਾਈ ਕਰਦੇ ਆ। ਆਓ ਸਾਰੇ ਇਸ ਗੱਲ ਦਾ ਵੀ ਨਿਰਣਾ ਕਰੀਏ ਵੀ ਆਪਾਂ ਰੋਜ਼ ਉਹ ਪਵਿੱਤਰ ਇੱਕ ਪੰਕਤੀ ਪੜ੍ਹਦੇ ਹਾਂ ਨਾ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ
ਸੇਵਕ ਜਨ ਮਾਨੇ ਤੇ ਫਿਰ ਹੁੰਦਾ ਕਿ ਪ੍ਰਤੱਖ ਗੁਰੂ ਨਸਤਾਰੇ ਸਤਿਗੁਰੂ ਜੀ ਕਹਿੰਦੇ ਆ ਜਾ ਯੋਧਾ ਬਣ ਕੇ ਗੁਰਬਾਣੀ ਨੂੰ ਗੁਰੂ ਰੂਪ ਕਰਕੇ ਜਾਣੇਗਾ ਫਿਰ ਮੈਂ ਸਾਕਸ਼ਾਤ ਤੇਰੇ ਨਾਲ ਹੀ ਹੋਊਂਗਾ ਤੇ ਇਹੋ ਹੀ ਕਾਰਨ ਆ ਅੱਜ ਵੀ ਜਿਹੜੇ ਪਵਿੱਤਰ ਗੁਰਬਾਣੀ ਦੇ ਵਿੱਚ ਸਮੋਏ ਆ ਉਹ ਸਤਿਗੁਰੂ ਜੀ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਉਹਨਾਂ ਨੂੰ ਆਪਣੀ ਬੁੱਕਲ ਦੇ ਵਿੱਚ ਲਿਆ ਹੋਇਆ ਸੋ ਇਹਨਾਂ ਨੇ ਗੱਲ ਕੀਤੀ ਸੀ ਹੁਣੇ ਕਰਤਾਰਪੁਰ ਦੀ ਅਸੀਂ ਪਿੱਛੇ ਜਾਏ ਮਹਿਤਾ ਸਾਹਿਬ ਵੀ ਮੇਰੇ ਨਾਲ ਸੀ ਅਸੀਂ ਗਏ ਪਾਕਿਸਤਾਨ ਅਤੇ ਉੱਥੇ ਕਮਿਸ਼ਨਰ ਜਿਹੜਾ ਉਹਨਾਂ ਦਾ ਕਿਉਂਕਿ ਅਕਾਫ ਬੋਰਡ ਆ ਅਸੀਂ ਉਹਨਾਂ ਨੂੰ ਵੀ ਬੇਨਤੀ ਕੀਤੀ ਸੀ ਕਿ ਤੁਸੀਂ ਕੁਛ ਇਹ ਜਿਹੜਾ ਸਾਡਾ ਇੱਥੇ ਆਉਣ ਦਾ ਪ੍ਰੋਗਰਾਮ ਹੈ ਇਹਨੂੰ ਠੱਲਾ ਕਰੋ ਉਹ ਕਹਿੰਦੇ ਦੱਸੋ ਅਸੀਂ ਕਿਹਾ ਤੁਸੀਂ ਬੀਜੇ ਸਾਨੂੰ 3000 ਆਪਣਾ ਜਥਾ ਆਉਂਦਾ ਉਹਦੇ ਵਿੱਚੋਂ ਵੀ ਬੀਜੇ ਕੱਟ ਦਿੰਦੇ ਹਾਂ ਉਹਨੇ ਚਲੋ ਜਿਹੜੀ ਗੱਲ ਕਹੀ ਉਹ ਕਹਿੰਦੇ ਜੀ ਸਾਡੇ ਜਦੋਂ ਜਥੇ ਜਾਂਦੇ ਤੁਸੀਂ ਕੱਟ ਦਿੰਦੇ ਮੈਂ ਕਿਹਾ ਅਸੀਂ ਤਾਂ ਕੱਟਣ ਵਾਲੇ ਕੋਈ ਨਹੀਂ ਉਹ ਤਾਂ ਸਰਕਾਰ ਦਿੱਲੀ ਬੈਠੀ ਹੈ ਜਿਹਨੇ ਕੱਟਣੇ ਆ ਅਤੇ ਫਿਰ $20 ਦੀ ਗੱਲ ਹੋਈ ਅਤੇ ਮੈਨੂੰ ਪਿਛਲੇ ਦਿਨੀ ਭਾਈ ਸਰਨਾ ਸਾਹਿਬ ਪਰਮਜੀਤ ਸਰਨਾ ਦਾ ਟੈਲੀਫੋਨ ਆਇਆ ਕਿ ਉਹਨੇ ਰਿਵੋਕ ਕਰ ਦਿੱਤੀ ਆ $20 ਦੀ ਸ਼ਰਤ ਪਰ ਅਸੀਂ ਸੈਂਟਰ ਦੀ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਕਿ ਤੁਸੀਂ ਜਿਹੜਾ ਇੱਥੇ ਬਣਿਆ ਆਪਣੇ ਦਾ ਆਧਾਰ ਕਾਰਡ ਤੁਸੀਂ ਪਾਸਪੋਰਟ ਦੀ ਸ਼ਰਤ ਜਿਹੜੀ ਉਹ ਖਤਮ ਕਰ ਦਿਓ ਉਹਨੂੰ ਖਤਮ ਕਰ ਦਿਓ ਅਤੇ ਆਧਾਰ ਕਾਰਡ ਬੰਦੇ ਦੀ ਆਈਡੈਂਟੀਫਿਕੇਸ਼ਨ ਆ ਅਤੇ ਉਹਦੇ ਵਿੱਚ ਸਾਰਾ ਕੁਝ ਪੰਜੇ ਉਂਗਲਾਂ ਅੱਖਾਂ ਦਾ ਸਾਰਾ ਦਿੱਤਾ ਹੁੰਦਾ ਅਤੇ ਜੇ ਉਹ ਸ਼ਰਤ ਨਰਮ ਕਰ ਦਿਓ ਆ ਜਿੰਨੇ ਆਪਾਂ ਇੱਥੇ ਮਨਾਉਂਦੇ ਉੱਥੇ ਸਤਿਗੁਰਾਂ ਦੀ ਧਰਤੀ 'ਤੇ ਜਾ ਕੇ ਉੱਥੇ ਵੀ ਨਤਮਸਤਕ ਹੋਈਏ ਸੋ ਅਸੀਂ ਤਾਂ ਯਤਨ ਕਰ ਰਹੇ ਆਪਣੇ ਤੌਰ ਦੇ ਉੱਤੇ ਪਰ ਕਈ ਵਾਰੀ ਸਰਕਾਰਾਂ ਬਾਉਣੀਆਂ ਪੈ ਜਾਂਦੀਆਂ ਉਹ ਪਾਕਿਸਤਾਨ ਵਾਲੇ ਵੀ ਮਹਿਸੂਸ ਕਰਦੇ ਪਏ ਜੀ ਅਸੀਂ ਤਾਂ ਬਹੁਤ ਇਸ ਧਰਤੀ ਦੇ ਉੱਤੇ ਯਤਨ ਕੀਤਾ ਇਹਨੂੰ ਖੂਬਸੂਰਤ ਕਰਨ ਦਾ ਅਤੇ ਪਰ ਕਿਉਂਕਿ ਸੰਗਤਾਂ ਕੋ 300 ਜਾਂ 400 ਜਾਂ 200 ਛੋਟੇ ਛੋਟੇ ਜਥੇ ਜਾਂਦੇ ਆ ਪਰ ਕਈ ਵਾਰੀ ਸਿੱਖ ਜਿਹੜੇ ਦਰਸ਼ਨ ਅਭਿਆਖੀ ਉਹ ਰਹਿ ਜਾਂਦੇ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਮਸਲਾ ਤਾਂ ਬਹੁਤ ਵਾਰੀ ਚੱਕਿਆ ਜਨਰਲ ਹਾਊਸ 'ਚ ਵੀ ਚੱਕਿਆ ਹੁਣ ਗਾਹਾਂ ਵੀ ਇਹਨੂੰ ਪੂਰੀ ਤਨਦੇਹੀ ਦੇ ਨਾਲ ਯਤਨ ਕਰਾਂਗੇ ਵੀ ਸਿਰੇ ਚੜ੍ਹੇ ਸੋ ਮੈਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਸਤਿਗੁਰਾਂ ਦੇ ਚਰਨਾਂ 'ਚ ਆਪਾਂ ਅਰਦਾਸ ਵੀ ਕਰੀਏ ਕਿ ਸਤਿਗੁਰ ਜੀ ਇਹ ਗੁਰ ਸ਼ਬਦ ਰੂਪੀ ਪਵਿੱਤਰ ਗੁਰਬਾਣੀ ਦਾ ਟਿਕਾ ਸਾਡੇ ਸਰੀਰਾਂ ਵਿੱਚ ਵੀ ਹੋ ਜਾਏ ਉਹ ਕਿਵੇਂ ਹੋਵੇ ਉਹ ਭਾਈ ਧੰਤਾਂ ਦੇ ਯੋਗ ਆ ਜਿਹਨੀ ਖੰਡੇ ਬਾਟੇ ਦੀ ਪੌਲ ਛੱਕੀ ਆ ਉਹ ਧੰਤਾਂ ਦੇ ਹੋਰ ਵੀ ਯੋਗ ਆ ਜਿਹੜੇ ਸਵੇਰੇ ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਨਿਤਨੇਮ ਅਤੇ ਸ਼ਾਮ ਨੂੰ ਸੋਦਰ ਅਤੇ ਕੀਰਤਨ ਸੋਹਿਲਾ ਕਰਕੇ ਸੌਂਦੇ ਅਤੇ ਉਹ ਹੋਰ ਵੀ ਧੰਤਾਂ ਦੇ ਯੋਗ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਤੋਂ ਪਹਿਲਾਂ ਘੰਟਾ ਅੱਧਾ ਘੰਟਾ 10 ਮਿੰਟ 20 ਮਿੰਟ ਗੁਰੂ ਦੀ ਜੁਗਤੀ ਵਿੱਚ ਵਾਹਿਗੁਰੂ ਗੁਰਮੰਤਰ ਦੇ ਰੂਪ ਦੇ ਵਿੱਚ ਸਤਿਗੁਰੂ ਜੀ ਨੂੰ ਧਿਆਉਂਦੇ ਆ ਉਹ ਵੀ ਧੰਤਾਂ ਦੇ ਯੋਗ ਅਤੇ ਜਿਹੜੇ ਗੁਰੂ ਦੀ ਕਿਰਪਾ ਅਤੇ ਬਖਸ਼ਿਸ਼ ਸਦਕਾ ਜਿਹੜੇ 5 ਕਕਾਰਾਂ ਦੇ ਧਾਰਨੀ 4 ਬੱਜਰ ਕਰੈਤਾਂ ਤੋਂ ਬਚੇ ਹੋ ਆ ਦਸਵੰਧ ਗੁਰੂ ਘਰ ਕੱਢਦੇ ਆ ਉਹ ਹੋਰ ਵੀ ਧੰਤਾਂ ਦੇ ਯੋਗ ਬਣ ਜਾਂਦੇ ਆਓ ਆਪਾਂ ਸਾਰੇ ਇਸ ਗੱਲ ਦਾ ਪ੍ਰਣ ਕਰੀਏ ਸਤਿਗੁਰੂ ਜੀ ਸਾਨੂੰ ਵੀ ਸਾਰਿਆਂ ਨੂੰ ਇਹ ਗੁਰਸ਼ਬਦ ਦੀ ਅਦੁੱਤੀ ਖੇਡ ਜਿਹੜੀ ਪਵਿੱਤਰ ਤੁਸੀਂ ਉਸ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਇਸ ਸਮੁੱਚੀ ਮਨੁੱਖਤਾ ਨੂੰ ਅਤੇ ਖਾਸ ਕਰਕੇ ਸਿੱਖਾਂ ਨੂੰ ਬਖਸ਼ਿਸ਼ ਕੀਤੀ ਇਹ ਸਾਡੀ ਯੋਗ ਅਗਵਾਹੀ ਸਰੀਰਕ ਤੌਰ 'ਤੇ ਵੀ ਅਤੇ ਆਤਮਕ ਤੌਰ 'ਤੇ ਵੀ ਕਰ ਲਵੇ ਇਹੋ ਜੋਦੜੀ ਸਤਿਗੁਰਾਂ ਦੇ ਚਰਨਾਂ ਵਿੱਚ ਕਰੀਏ ਮੈਂ ਧੰਨਵਾਦ ਕਰਦਾ ਬਹੁਤ ਹੀ ਸਤਿਕਾਰਯੋਗ ਇੱਕ ਹੁੰਦਾ ਫੋਕਾ ਸਤਿਕਾਰ ਇੱਕ ਹੁੰਦਾ ਇੱਥੋਂ ਕਹਿਣ ਵਾਲਿਆਂ ਦਾ ਵੀ ਇੱਕ ਨੇ ਕਿਹਾ ਦੂਜੇ ਨੇ ਕਿਹਾ ਪਰ ਸੱਚਮੁੱਚ ਹੀ ਮੈਂ ਜਿਸਲੇ ਦੇਖਦਾ ਬਾਬਾ ਸੇਵਾ ਸਿੰਘ ਜੀ ਫਿਰ ਸ਼ਾਇਦ ਮੈਨੂੰ ਆਪਣੇ ਮੈਂ ਅਨੁਭਵ ਕਰਦਾ
ਕਿ ਸ਼ਾਇਦ ਉਹ ਮਹਿਸੂਸ ਵੀ ਕਰਦੇ ਆ ਵੀ ਮੇਰੀ ਸਿਫਤ ਇੱਥੇ ਜਦੋਂ ਗੁਰੂ ਘਰ ਦੇ ਸਤਿਗੁਰਾਂ ਦੇ ਸਨਮੁਖ ਹੋ ਕੇ ਨਾ ਕੀਤੀ ਜਾਵੇ, ਇਹੋ ਹੀ ਅਸਲ ਸੰਤ ਦੀ ਨਿਸ਼ਾਨੀ ਆ, ਇਹੋ ਹੀ ਤਿਆਗੀ ਦੀ ਨਿਸ਼ਾਨੀ ਆ। ਪਰ ਸਤਿਕਾਰ ਯੋਗ ਆ, ਆ ਪਿੱਛੇ ਹੁਣ ਹਾਲਟ ਉਦੋਂ ਚਾਲੂ ਕੀਤਾ ਸੀ ਅਤੇ ਹੁਣ ਮੈਂ ਦੇਖਦਾ ਸੀ ਪਿੱਛੇ ਵੀ ਗੁਰੂ ਸਾਹਿਬ ਨੇ ਕਿੱਡੀ ਕਿਰਪਾ ਕੀਤੀ, ਜਲ ਵੀ ਆ ਅਤੇ ਸਾਰੇ ਸਿੱਖ ਆ ਕੇ ਉੱਥੋਂ ਜਲ ਛਕਦੇ ਵੀ ਆ। ਅਤੇ ਇੱਦਾਂ ਹੀ ਹੁਣ ਸੋਨੇ ਦਾ ਕੰਮ ਆਏ ਅਤੇ ਉਹ ਜਿਹੜੀਆਂ ਛੁੱਟੀਆਂ ਗੁੰਮਦੀਆਂ 37-38 ਬਾਬਾ ਜੀ ਦੱਸਦੇ ਸੀ ਵੀ ਉਹਨਾਂ ਦਾ ਸੋਨੇ ਦਾ ਪਹਿਲਾਂ ਉਦਣ ਪਿਛਲੀ ਵਾਰੀ ਆਪਾਂ ਗੁੰਮਦ ਦਾ ਸ਼ੁਰੂ ਕੀਤਾ ਸੀ ਉਦੋਂ ਪੱਤਰੇ ਲਾਏ ਸੀ। ਅਤੇ ਇਹ ਗੁਰੂ ਘਰ ਦੀਆਂ ਸੇਵਾਵਾਂ ਐਵੇਂ ਨਹੀਂ ਹੁੰਦੀਆਂ, ਇਹ ਗੁਰੂ ਬਖਸ਼ਿਸ਼ ਹੋਵੇ। ਹੁਣ ਆ ਪਿੱਛੇ ਇਹਨਾਂ ਨੇ ਨਸ਼ਰ ਕੀਤਾ ਸੀ NDA ਦੇ ਵਿੱਚ 26-27 ਬੱਚੇ ਜਿਹੜੇ ਆ ਵਿੱਚੇ, ਉਹ ਬੱਚੇ NDA 'ਚ ਜਿਹਨਾਂ ਨੂੰ ਫੌਜ ਦੇ ਵਿੱਚ ਨੌਕਰੀ ਮਿਲੀ ਆ, ਲੈਫਟੈਨੈਂਟ ਬਣੇ, ਅਫਸਰ ਬਣੇ ਆ, ਉਹ ਉਸ ਖਡੂਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਇਹਨਾਂ ਦੀ ਅਕੈਡਮੀ 'ਚੋਂ ਬਣੇ ਆ। ਉੱਦਾਂ ਤਾਂ ਐਤਕੀ ਸਾਡੇ ਵੀ NDA ਦੇ ਵਿੱਚ 2 ਬੱਚੇ, ਜਿਹੜੀ ਸਾਡੀ ਅਕੈਡਮੀ ਬਾਬਾ ਮੰਦਾ ਸਿੰਘ ਬਹਾਦਰ ਫਤਿਹਗੜ੍ਹ ਚੱਲਦੀ ਆ, 2 ਬੱਚੇ ਸਾਡੇ ਵੀ ਐਤਕੀ ਉੱਥੋਂ ਸਿਲੈਕਟ ਹੋਏ ਆ। ਗੁਰੂ ਸਾਹਿਬ ਕਿਰਪਾ ਕਰਨ, ਇਹਨਾਂ ਦੀਆਂ ਸੇਵਾਵਾਂ ਵੱਡੀਆਂ ਬਾਬਾ ਜੀ ਦੀਆਂ, ਇੱਕ ਸਥਾਨ 'ਤੇ ਨਹੀਂ ਬਹੁਤੀਆਂ ਸਥਾਨਾਂ 'ਤੇ। ਅਤੇ ਮੈਂ ਇੱਕ ਅਕਸਰ ਦੇਖਦਾ, ਕਿਉਂਕਿ ਵਾਤਾਵਰਨ ਪ੍ਰੇਮੀ ਕਹਿਣਾ ਬੜਾ ਸੁਖਾਲਾ ਹੁੰਦਾ ਪਰ ਵਾਤਾਵਰਨ ਦੇ ਅਨੁਕੂਲ ਚੱਲਣਾ ਬੜਾ ਔਖਾ ਹੁੰਦਾ। ਮੈਂ ਪਿੱਛੇ ਹੁਣ ਜਿੱਦਣ ਨਗਰ ਕੀਰਤਨ ਸੀ ਗਿਆ ਅਤੇ 2 ਸਾਲ ਪਹਿਲਾਂ ਇੱਕ ਚੰਦਨ ਦਾ ਬੂਟਾ ਹੀ ਨਹੀਂ ਮੇਤੋਂ ਉੱਥੋਂ ਉਹਦਾ ਲਾਇਆ ਸੀ, ਪਰ ਮੈਨੂੰ ਤਾਂ ਚੇਤਾ ਹੀ ਨਹੀਂ ਸੀ। ਅਤੇ ਬਾਬਾ ਜੀ ਦਾ ਕਿੱਡਾ ਚੇਤਾ ਸੀ, ਕਹਿੰਦੇ ਆਓ ਜੀ ਉਹਨੂੰ ਪਾਣੀ ਪਾ ਕੇ ਬੂਟੇ ਦੀ ਖੁਸ਼ੀ ਲੈ ਲਈਏ। ਇਹ ਹੁੰਦੀ ਪ੍ਰੇਮੀ ਵਾਤਾਵਰਨ ਦੀ ਪ੍ਰੇਮ। ਅਤੇ ਬੂਟੇ ਦੇ ਨਾਲ ਇੱਕ ਬੂਟਾ ਹੋਰ ਲਾਇਆ, ਕਹਿੰਦੇ ਚੰਦਨ ਦਾ ਜਿਹੜਾ ਦਰਖਤ ਆ ਇਹਦੀ ਇਹ ਖੁਰਾਕ ਆ ਇਸ ਬੂਟੇ ਦੇ ਵਿੱਚੋਂ। ਉੱਦਾਂ ਤਾਂ ਸਾਇੰਸਦਾਨ ਆਪਣੀਆਂ ਤਰੱਕੀਆਂ ਕਰੀ ਜਾਂਦੇ ਆ ਪਰ ਜਿਹੜੇ ਵਾਤਾਵਰਨ ਦੇ ਪ੍ਰੇਮੀ ਆ ਉਹ ਆਪਣਾ ਕਾਰਜ ਕਰੀ ਜਾਂਦੇ। ਗੁਰੂ ਸਾਹਿਬ ਕਿਰਪਾ ਕਰਨ ਉਹ ਚੇਚੇ ਤੌਰ 'ਤੇ ਪਹੁੰਚੇ ਆ। ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਰਜਿੰਦਰ ਸਿੰਘ ਮਹਿਤਾ, ਮੇਰਾ ਵੀਰ, ਜਿਹੜੇ ਪਹਿਲਾਂ ਫੈਡਰੇਸ਼ਨ ਦੇ ਵਿੱਚ ਵੀ ਮਹਾਂਪੁਰਸ਼ਾਂ ਨਾਲ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹ ਇੱਕ ਐਸੀ ਸ਼ਖਸੀਅਤ ਸੀ ਸੱਚ ਕਰਕੇ ਜਾਣਿਓ, ਜਿਹੜਾ ਇੱਕ ਵਾਰੀ ਚਲੇ ਗਿਆ ਜੇ ਸਮਰਪਿਤ ਹੋ ਕੇ ਅਤੇ ਚੁੰਬਕਾਂ ਨੂੰ ਖਿੱਚ ਲੈਂਦੇ ਸੀ। ਇਹ ਉਹਨਾਂ ਦੀ, ਗੁਰੂ ਸਾਹਿਬ ਦੀ ਉਹਨਾਂ ਦੇ ਉੱਤੇ ਬਖਸ਼ਿਸ਼ ਸੀ, ਮਹਾਨ ਸ਼ਹੀਦ, ਔਰ ਜਿਨ੍ਹਾਂ ਦੇ ਉੱਤੇ ਕੌਮ ਨੂੰ ਬਹੁਤ ਵੱਡਾ ਫਕਰ ਆ। ਔਰ ਉਹਨਾਂ ਦੇ ਨਾਲ ਸਰਦਾਰ ਸੁਰਜੀਤ ਸਿੰਘ ਜੀ ਭੇਟੇਵੱਡ, ਇਹ ਕੁਛ ਕੋ ਗੁੱਸਾ ਵੀ ਕਈ ਵਾਰੀ ਮੇਰੇ ਅਕਾਲੀ ਵੀਰ ਕਰ ਜਾਂਦੇ ਆ, ਖੁਸ਼ਹਾਲ ਸਿੰਘ ਬੈਠੇ, ਸੋਨੂੰ ਲਗਾਹ ਬੈਠਾ। ਇਹ ਫੈਡਰੇਸ਼ਨ ਦੇ ਵਿੱਚ ਇੱਕ ਐਸਾ ਕੈਂਪ ਹੁੰਦਾ ਸੀ ਕਿ ਜਿਹੜਾ ਮਨੁੱਖ ਇੱਕ ਵਾਰੀ ਇਸ, ਜਿੱਦਾਂ ਕਹਿ ਲੈਂਦਾ ਵੀ ਚੜ੍ਹ ਗਿਆ, ਉਹ ਮੁੜ ਫਿਰ ਪਿੱਛਾ ਨਹੀਂ ਸੀ ਦੇਖਦਾ। ਸੋ ਗੁਰੂ ਸਾਹਿਬ ਕਿਰਪਾ ਕਰਨ, ਇਹ ਵੀ ਫੈਡਰੇਸ਼ਨ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਰਹੇ। ਉਹਨਾਂ ਦੇ ਨਾਲ ਮੇਰਾ ਵੀਰ ਸਰਦਾਰ ਸੁਰਜੀਤ ਸਿੰਘ ਤੁਗਲਵਾਦ, ਜਿਹੜਾ ਕਿਸਾਨੀ ਨੂੰ ਸਮਰਪਿਤ ਰਿਹਾ, ਔਰ ਕਿਸਾਨੀ ਤੋਂ ਇਲਾਵਾ ਹੁਣ ਜੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਮੈਂਬਰ ਬਣੇ ਅਤੇ ਆਪਣੀਆਂ ਬਾਖੂਬੀ ਸੇਵਾਵਾਂ ਨਿਭਾ ਰਹੇ ਆ। ਅਤੇ ਨਾਲ ਮੇਰੀ ਭੈਣ ਬੀਬੀ ਜੋਗਿੰਦਰ ਕੌਰ ਜਿਹੜੀ ਤੁਹਾਡੇ ਇਸ ਹਲਕੇ ਤੋਂ ਮੈਂਬਰ ਆ, ਸਰਦਾਰ ਬੀਬੀ ਜਸਵੀਰ ਕੌਰ ਜੀ ਸਾਡੀ ਜਿਹੜੀ ਇਸ ਹਲਕੇ ਤੋਂ ਮੈਂਬਰ ਆ, ਅਮਰੀਕ ਸਿੰਘ ਸ਼ਾਹਪੁਰ ਹੈ ਤਾਂ ਸਾਡਾ ਸਾਥੀ ਆ ਅਤੇ ਚੇਲੇ ਵੀ ਅਸੀਂ ਇੱਕੋ ਬਾਪੂ ਦੇ ਹਾਂ। ਇਹ ਥੋੜ੍ਹੇ ਜਿਹੇ ਬੈਠਣ ਲੱਗੇ, ਇੱਧਰ ਬਹਿ ਜਾ ਕਰੋ, ਵਿੱਚ ਕੋਈ ਭੇਟ ਨਹੀਂ ਹੁੰਦੇ, ਕੋਈ ਨੁਕਸਾਨ ਨਹੀਂ ਹੁੰਦਾ, ਕੁਛ ਨਹੀਂ ਹੋਣਾ, ਇਹ ਇੱਦਾਂ ਚੱਲੀ ਜਾਣਾ ਕੰਮ। ਅਚੇਚੇ ਤੌਰ 'ਤੇ ਸੋਨੂੰ ਲੰਗਾਹ ਸਾਡਾ ਬੱਚਾ ਛੋਟਾ, ਮੇਰਾ ਵੀਰ ਨਾਲ ਖੁਸ਼ਹਾਲ ਸਿੰਘ ਜੀ, ਇੱਧਰੋਂ ਸਰਦਾਰ ਸਤਵੀਰ ਸਿੰਘ ਜੀ ਔਰ ਗੁਰਪ੍ਰਤਾਪ ਸਿੰਘ ਜੀ ਖੁਸ਼ਹਾਲਪੁਰ, ਸੁਖਜਿੰਦਰ ਸਿੰਘ ਲੰਗਾਹ ਅਤੇ ਰਜਿੰਦਰ ਸਿੰਘ ਬੈਰਕਾ ਅਤੇ ਕੁਲਜੀਤ ਸਿੰਘ ਜੀ ਮਜੈਲ, ਅਤੇ ਸਾਡੇ ਬਹੁਤ ਹੀ ਸਤਿਕਾਰਯੋਗ
ਜਿਨ੍ਹਾਂ ਨੇ ਸਿੱਖ ਕੌਮ ਦੀ ਵੱਡੀ ਪੱਗ ਮੁੜ ਸਿਰ 'ਤੇ ਰੱਖੀ। ਦੇਖੋ ਇਹ ਵੀ ਕੋਈ ਸਿਸਟਮ ਹੁੰਦਾ ਕਿ ਸਤਿਗੁਰਾਂ ਨੇ ਕਿਹੜੀ ਸੇਵਾ ਬਖਸ਼ਿਸ਼ ਕੀਤੀ ਭਾਈ ਬਿਆਨ ਸਿੰਘ, ਭਾਈ ਸਤਵੰਤ ਸਿੰਘ ਜੀ ਨੂੰ, ਭਾਈ ਕੇਰ ਸਿੰਘ ਜੀ ਨੂੰ, ਕਿ ਸਤਿਗੁਰੂ ਜੀ ਨੇ ਫੁਰਨਾ ਹੀ ਬਣਾ ਦਿੱਤਾ। ਉਹ ਫੁਰਨਾ ਜਿਹੜਾ ਉਹਦੀ ਬਾੜ ਬਣ ਕੇ ਬੈਠਾ ਸੀ, ਗੁਰੂ ਸਾਹਿਬ ਨੇ ਏਡੀ ਕਿਰਪਾ ਕੀਤੀ ਵੀ ਦੁਸ਼ਮਣ ਇੱਕ ਇੱਕ ਇਤਿਹਾਸ ਸਿੱਖਾਂ ਦਾ ਵਿਲੱਖਣ ਆ। ਗੁਰੂ ਰਾਮਦਾਸ ਪਾਤਸ਼ਾਹ ਦੀ ਧਰਤੀ 'ਤੇ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਉਸ ਪਵਿੱਤਰ ਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ 'ਤੇ ਜਿਹੜਾ ਵੀ ਚੜ੍ਹ ਕੇ ਆਇਆ ਉਹ ਸਤਿਗੁਰੂ ਜੀ ਨੇ ਫਿਰ ਕਦੇ ਸਿੱਖਾਂ ਨੂੰ ਬਲ ਉਦਮ ਬਖਸ਼ ਕੀਤਾ, ਇਤਿਹਾਸ ਮੁੜ ਰਿਪੀਟ ਕਰ ਦਿੰਦੇ ਆ। ਨਹੀਂ ਤਾਂ ਆਪਾਂ 17ਵੀਂ 18ਵੀਂ ਸਦੀ ਦਾ ਇਤਿਹਾਸ ਪੜ੍ਹਦੇ ਹਾਂ ਅਤੇ 20ਵੀਂ ਸਦੀ ਵਿੱਚ ਵੀ ਸਿੱਖਾਂ ਨੇ ਉਹ ਇਤਿਹਾਸ ਰਿਪੀਟ ਕੀਤਾ। ਸੋ ਭਾਈ ਸਤਵੰਤ ਸਿੰਘ ਜੀ, ਉਹਨਾਂ ਦਾ ਭਤੀਜਾ ਸਰਦਾਰ ਸੁਖਵਿੰਦਰ ਸਿੰਘ ਜੀ ਅਗਵਾਨ, ਅਤੇ ਮੈਂ ਇੱਕ ਬੇਨਤੀ ਵੀ ਕਰਦਾ ਹੁੰਦਾ, ਇੱਕ ਹੁੰਦਾ ਮੂਲ ਧਨ, ਇੱਕ ਹੁੰਦਾ ਵਿਆਜ। ਜੇ ਬੈਂਕ 'ਚ ਐਫ ਡੀ ਹੋਵੇ ਉਹਦਾ ਵਿਆਜ ਆਉਂਦਾ, ਬੰਦਾ ਖਾਂਦਾ ਰਹਿੰਦਾ। ਅਤੇ ਕਈ ਵਾਰੀ ਕੀ ਹੁੰਦਾ ਵੀ ਮੂਲ ਧੰਨੇ ਖਾ ਲੈਂਦੇ ਅਤੇ ਫਿਰ ਬਚਦਾ ਕੁਛ ਨਹੀਂ। ਇਹ ਸ਼ਹੀਦ ਮੂਲ ਧੰਨ ਆ ਸਾਡਾ, ਜਿਸ ਲਈ ਇਹਨਾਂ ਨੂੰ ਆਪਾਂ ਕੈਸ਼ ਕਰਾਉਣ ਵੱਲੋਂ ਚੱਲੀਏ, ਮੈਂ ਕਿਸੇ ਨੂੰ ਨਿੰਦਦਾ ਜਾਂ ਇਹ ਨਹੀਂ ਕਰਦਾ, ਪਰ ਉਹ ਫਿਰ ਇੱਕ ਸਿਸਟਮ ਜਿਹਾ ਬਣ ਜਾਂਦਾ ਵੀ ਜਿੱਦਾਂ ਅਸੀਂ ਰੋਜ਼ ਇੱਕ ਸਿਸਟਮ 'ਚ ਪਈ ਜਾਂਦੇ ਉੱਦਾਂ ਹੀ ਉਹ ਸਿਸਟਮ ਚੱਲਿਆ ਜਾਂਦਾ। ਸੋ ਇਹ ਮਹਾਨ ਸ਼ਹੀਦਾਂ ਦੀ ਮੈਂ ਸਮਝਦਾ ਬਖਸ਼ਿਸ਼ ਅਤੇ ਕਿਰਪਾ ਆ। ਸੋ ਸਤਿਗੁਰੂ ਜੀ ਬਖਸ਼ਿਸ਼ ਕਰਨ, ਰਹਿਮਤ ਕਰਨ। ਸਰਦਾਰ ਸਤਵੀਰ ਸਿੰਘ ਜਿਹੜਾ ਮੇਰੇ ਨਾਲ ਲੰਬੇ ਅਰਸੇ ਤੋਂ ਪਹਿਲਾਂ ਵੀ ਅਤੇ ਹੁਣ ਵੀ ਆਪਣੀਆਂ ਸੇਵਾਵਾਂ ਉਹ ਬਾਖੂਬੀ ਬਗੈਰ ਕਿਸੇ ਦੇਣਦਾਰੀ ਲੈਣਦਾਰੀ ਤੋਂ ਨਿਭਾ ਰਹੇ ਆ, ਅਤੇ ਸਮੁੱਚੇ ਤੌਰ 'ਤੇ ਸਾਰੀ ਸੰਗਤ ਦਾ ਤੈਅ ਦਿਲੋਂ ਕੋਟ ਕੋਟ ਧੰਨਵਾਦ ਕਰਦਾ ਕਿ ਤੁਸੀਂ ਇਹ ਚੰਗੀਆਂ ਪਿਰਤਾਂ ਪਾਈਆਂ ਕਿ ਛੋਟੇ ਜੋੜ ਮੇਲੇ ਤੋਂ ਅੱਜ ਵੱਡਾ ਜੋੜ ਮੇਲਾ ਬਣਾਇਆ, ਅਤੇ ਗੁਰੂ ਕਿਰਪਾ ਕਰੇ ਉਹ ਸਮਾਂ ਵੀ ਸਾਨੂੰ ਸਤਿਗੁਰੂ ਜੀ ਬਖਸ਼ਿਸ਼ ਕਰ ਦੇਣ। ਫਿਰ ਇੱਥੋਂ ਨਗਰ ਕੀਰਤਨ ਰੂਪ ਦੇ ਵਿੱਚ ਕਰਤਾਰਪੁਰ ਦੀ ਪਵਿੱਤਰ ਧਰਤੀ 'ਤੇ ਜਾ ਕੇ ਸਤਿਗੁਰਾਂ ਦੀ ਉਸ ਸ਼ੋਅ ਪ੍ਰਾਪਤ ਵੱਡੀ ਧਰਤੀ ਜਿੱਥੋਂ ਸਤਿਗੁਰਾਂ ਨੇ ਸਾਨੂੰ ਕਿਰਤ ਦੀ ਜਾਂਚ ਬਖਸ਼ਿਸ਼ ਕੀਤੀ, ਉਹ ਧਰਤੀ ਦੇ ਉੱਤੇ ਜਾ ਕੇ ਵੀ ਆਪਾਂ ਨਤਮਸਤਕ ਹੋ ਸਕੀਏ। ਸੋ ਅੰਤ ਦੇ ਵਿੱਚ ਫਿਰ ਤੁਹਾਡਾ ਸਾਰਿਆਂ ਦਾ ਧੰਨਵਾਦ। ਇੱਕ ਬੇਨਤੀ ਕਰਕੇ ਛੁੱਟੀ ਲੈ ਲਵਾਂ ਕਿ ਗੁਰੂ ਅੰਗਦ ਦੇਵ ਪਾਤਸ਼ਾਹ ਅਤੇ ਗੁਰੂ ਧੰਨ ਧੰਨ ਬਾਬਾ ਬੁੱਢਾ ਜੀ, ਕਿਹੜੀ ਚੁੰਬਕੀ ਸ਼ਕਤੀ ਸੀ ਜਿਹੜੀ ਗੁਰੂ ਸਾਹਿਬ ਜੀ ਦੇ ਲਾਗੇ ਲੈ ਕੇ ਗਈ, ਅਤੇ ਕਿਹੜੀ ਚੁੰਬਕੀ ਸ਼ਕਤੀ ਸੀ ਜਿਹਨੇ ਵੱਡੇ ਸਥਾਨ ਬਖਸ਼ਿਸ਼ ਕੀਤੇ। ਗੁਰੂ ਜੋਤ ਬਖਸ਼ਿਸ਼ ਕੀਤੀ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ, ਅਤੇ ਧੰਨ ਧੰਨ ਬਾਬਾ ਬੁੱਢਾ ਜੀ ਨੂੰ ਵਰ ਬਖਸ਼ਿਸ਼ ਕੀਤੇ, ਉਹ ਪਵਿੱਤਰ ਗੁਰਸ਼ਾਬਦ ਦੀ ਰੋਸ਼ਨੀ ਜਿਹੜੀ ਸਤਿਗੁਰਾਂ ਨੇ ਆਪ ਭਾਵੇਂ ਧਰਮਸ਼ਾਲਾ ਕਰਤਾਰਪੁਰ ਬਣਾਈ, ਪਰ ਉੱਥੇ ਵੀ ਸਤਿਗੁਰਾਂ ਨੇ ਜਿੱਥੇ ਵੀ ਪੈਰ ਰੱਖਿਆ ਉਹ ਧਰਮਸ਼ਾਲਾ ਤਾਂ ਹਰੇਕ ਥਾਂ 'ਤੇ ਬਣ ਗਈ, ਪਰ ਉਸ ਪਵਿੱਤਰ ਕਰਤਾਰਪੁਰ ਦੀ ਧਰਤੀ 'ਤੇ ਸਤਿਗੁਰਾਂ ਦੇ ਜ਼ਿਲ੍ਹੇ ਜਾ ਕੇ ਟਿਕਾਣਾ ਸਤਿਗੁਰੂ ਜੀ ਨੇ ਬਣਾਇਆ ਅਤੇ ਕੀਰਤਨ ਹੁੰਦਾ ਸੀ, ਉਸ ਕੀਰਤਨ ਦੇ ਵਿੱਚੋਂ ਸਮਰਪਿਤ ਹੋ ਕੇ ਅਤੇ ਗੁਰੂ ਸਾਹਿਬ ਜੀ ਨੇ ਇਹ ਜਥਾ ਸ਼ਕਤੀ ਬਖਸ਼ਿਸ਼ ਕੀਤੀ, ਦੂਜੀ ਜੋਤ ਉਸ ਪਵਿੱਤਰ ਧਰਤੀ 'ਤੇ ਬਖਸ਼ਿਸ਼ ਕੀਤੀ। ਸੋ ਗੁਰੂ ਸਾਹਿਬ ਦੇ ਚਰਨਾਂ ਵਿੱਚ ਇੱਕੋ ਬੇਨਤੀ ਕਰਕੇ ਮੈਂ ਅਕਸਰ ਹੀ ਇੱਕ ਬੇਨਤੀ ਕਰਦਾ ਹੁੰਦਾ ਸਾਰਿਆਂ ਨੂੰ ਕਿ ਸਤਿਗੁਰੂ ਜੀ ਨੇ ਇਹ ਨਾਮ ਜਿਹੜਾ ਆ, ਉਹ ਤਾਂ ਨਾਮ ਦੀ ਪਰਿਭਾਸ਼ਾ ਦੇਣ ਵਾਲਿਆਂ ਨੇ ਵੱਖ ਵੱਖ ਬਣਾਏ, ਭਾਈ ਕਾਨ ਸਿੰਘ ਨਾਭਾ ਜੀ ਨੇ ਵੀ ਆਪਣੀ ਪਰਿਭਾਸ਼ਾ ਦਿੱਤੀ ਅਤੇ ਸਰਦਾਰ ਕਪੂਰ ਸਿੰਘ ਜੀ ਨੇ ਵੀ ਆਪਣੀ ਭਾਸ਼ਾ ਦਿੱਤੀ। ਪਰਿਭਾਸ਼ਾ ਕੀ ਆ? ਉਹ ਕਹਿੰਦੇ ਪਈ ਗੁਰੂ ਗੁਰੂ ਕਰਦੇ ਜਿਸਲੇ ਸਰੀਰ ਨੂੰ ਪਿੰਡੇ ਦੇ ਉੱਤੇ ਗੁਰੂ ਨੂੰ ਸਾਖਸ਼ਾਤ ਮਹਿਸੂਸ ਕਰੀਏ। ਇਹ ਮਹਿਸੂਸ ਕਿਵੇਂ ਹੋਣਾ? ਇੱਕ ਦਿਨ 'ਚ ਨਹੀਂ ਹੋਣਾ, ਕਈ 2-4 ਦਿਨ 10 ਦਿਨ ਇਹਦੇ ਲਈ ਅਭਿਆਸ ਕਰਨਾ ਪੈਂਦਾ। ਉਹ ਅਭਿਆਸ ਕੀ ਆ? ਵੀ ਅੰਮ੍ਰਿਤ ਵੇਲੇ ਉੱਠਣਾ,
ਇਸ਼ਨਾਨ ਸੋਧ ਕੇ ਫਿਰ ਉਹ ਕਰਤੇ ਦੀ ਯੁਕਤੀ ਦੇ ਵਿੱਚ ਜੁੜਨਾ, ਅਤੇ ਕਿਉਂਕਿ ਸਾਡੇ ਸੁਭਾਅ ਬਹੁਤ ਕਾਹਲੇ ਆ, ਸਾਡੇ ਤਾਂ ਹੁੰਦਾ ਵੀ ਹੱਥ 'ਤੇ ਸਰੋਂ ਜਮਾ ਕੇ ਦਿਖਾਲ, ਉਹ ਕਹਿੰਦਾ ਲੈ ਵੀ ਹੱਥ ਕਰ ਲਾ, ਮਿੱਟੀ ਪਾ ਲਾ, ਪਾਣੀ ਪਾ ਕੇ ਬੀਜ ਬੀਜ ਦੇ, ਪਰ ਹੱਥ ਹੁਣ 3-4 ਦਿਨ ਇੱਦਾਂ ਰੱਖਣਾ ਪਊ, ਇਹਦੇ ਵਿੱਚ ਹੰਗਾਰਾ ਮਾਰ ਜਾਣਾ। ਅਤੇ ਇਹ ਜਿਹੜੀ ਨਾਮ ਦੀ ਖੇਡ ਆ, ਇਹ ਤਾਂ ਬਖਸ਼ੀਆਂ ਰੂਹਾਂ ਦੇ ਹਿੱਸੇ ਆਉਂਦੀ ਆ। ਧੰਨ ਧੰਨ ਕਹਾਂ ਪੁਕਾਰ ਤੇ ਮਾਇਆ ਮੋਹ ਸਭ ਕੂਰ, ਨਾਮ ਵਿਹੋਣੇ ਨਾਨਕਾ ਹੋਤ ਜਾਤ ਸਭ ਤੂਰ। ਸਤਿਗੁਰੂ ਜੀ ਨੇ ਏਡੀ ਵੱਡੀ ਪਰਿਭਾਸ਼ਾ ਦਿੱਤੀ ਆ, ਅੰਤ ਇੱਕੋ ਅਰਦਾਸ ਕਰਕੇ ਕਰੋ ਕਿਰਪਾ ਸਰਬ ਕੇ ਦਾਤੇ, ਏਕ ਰੂਪ ਲਿਵ ਲਾਵੋ ਨਾਨਕ ਕੀ ਬੇਨੰਤੀ, ਹਰ ਪੈ ਆਪਣਾ ਨਾਮ ਜਪਾਵੋ। ਸਤਿਗੁਰੂ ਜੀ ਸਾਨੂੰ ਆਪਣੇ ਨਾਮ ਦੀ ਬਖਸ਼ਿਸ਼ ਕਰ ਦੇ। ਇਹੋ ਹੀ ਸਤਿਗੁਰਾਂ ਦੀ ਚਰਨ ਸ਼ਰਨ ਵਿੱਚ ਚੱਲ ਕੇ ਆਉਣ ਦਾ, ਅਤੇ ਇਹੋ ਹੀ ਇੱਥੋਂ ਜਾ ਕੇ ਸੰਦੇਸ਼ ਹਿਰਦੇ ਵਿੱਚ ਵਸਾ ਕੇ ਜਾਣ ਦਾ ਯਤਨ ਕਰੀਏ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।